ਅੱਛੀ ਕਲ ਦੋਸਤੋ ਇਸ ਪੈਰੇ ਨੂੰ ਆਪਾਂ ਅਸੀਂ ਵੀ ਸਪੀਡ ਤੇ ਡਿਕਟੇਟ ਕਰਾਂਗੇ ਹਾਂਜੀ ਸਟਾਰ ਪਰਾਚੀਨ ਕਾਲ ਦੌਰਾਨ ਭੂਗੋਲਿਕ ਤੌਰ ਤੇ ਸੱਤ ਦਰਿਆਵਾਂ ਦੇ ਪ੍ਰਦੇਸ਼ ਪੰਜਾਬ ਨੂੰ ਸੱਤ ਸਿੰਧੂ ਕਿਹਾ ਜਾਂਦਾ ਸੀ ੜਿਗਵੇਦਿਕ ਕਾਲ ਦੌਰਾਨ ਇਨ੍ਹਾਂ ਸੱਤ ਦਰਿਆਵਾਂ ਤੇ ਨਾ ਸਤਲੁਜ ਬਿਆਸ ਰਾਵੀ ਚਨਾਬ ਜਹਲ ਸਰਸਵਤੀ ਅਤੇ ਸਿੰਧ ਸਨ ਡੰਡ ਰਿਗਵੇਦ ਦੇ ਇੱਕ ਸ਼ਬਦ ਵਿੱਚ ਸਿੰਧ ਦਰਿਆ ਨੂੰ ਦਰਿਆਵਾਂ ਦੀ ਮਾਂ ਲਿਖਿਆ ਗਿਆ ਹੈ ਸप्त ਸਿੰਧੂ ਦੀ ਭੂਗੋਲਿਕ ਸਥਿਤੀ ਬਾਰੇ ਅਲੈਗਜ਼ੈਂਡਰ ਦੀਆਂ ਮੁਹਿੰਮ ਦੌਰਾਨ ਲਿਖੇ ਗਏ ਉੱਚ ਕੋਟੀ ਦੇ ਸਾਹਿਤ ਵਿੱਚ ਵੀ ਵੇਰਵੇ ਮਿਲਦੇ ਹਨ ਰਮਾਇਣ ਵਿੱਚ ਸप्त ਸਿੰਧੂ ਪਰਦੇਸ਼ ਦੇ ਲੋਕਾਂ ਉਹਨਾਂ ਦੇ ਰਹਿਣ ਸਹਿਣ ਸਮਾਜਿਕ ਸੱਭਿਆਚਾਰਕ ਅਤੇ ਰਾਜਨੀਤਿਕ ਜੀਵਨ ਸੰਬੰਧੀ ਜਾਣਕਾਰੀ ਭਰਪੂਰ ਹਵਾਲੇ ਹਨ ਡੰਡ ਇਸ ਮਹ ਕਵ ਅਨੁਸਾਰ ਉੱਤਰ ਪੱਛਮੀ ਭਾਰਤ ਵਿੱਚ ਆਧੁਨਿਕ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੋਂ ਕਾਬਲ ਤੱਕ ਕੰਬੋਜਾ ਜੱਟਾ ਅਤੇ ਹੋਰ ਭਾਰਤੀਆਂ ਦੀਆਂ ਸਥਾਪਨਾਵਾਂ ਸਨ ਡੰਡ ਡਾਕਟਰ ਫੌਜਾ ਸਿੰਘ ਵੱਲੋਂ ਸੰਪਾਦਿਤ ਕਿਤਾਬ ਹਿਸਟਰੀ ਆਫ ਪੰਜਾਬ ਭਾਗ ਪਹਿਲਾ ਅਨੁਸਾਰ ਰਮਾਇਣ ਵਿੱਚ ਦਰਿਆਵਾਂ ਦੀਆਂ ਥਾਮਾਂ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ ਡੰਡ ਸप्तसिंधੂ ਪ੍ਰਦੇਸ਼ ਦੇ ਭੂਗੋਲਿਕ ਇਲਾਕਿਆਂ ਬਾਰੇ ਮਹਾਭਾਰਤ ਵਿੱਚ ਵੀ ਜਾਣਕਾਰੀ ਮਿਲਦੀ ਹੈ ਡੰਡੀ ਇਹ ਇਲਾਕੇ ਕੁਰੁਕਸ਼ੇਤ ਮਿਰਠ ਕਰਨਾਲ ਆਦਤੋਂ ਕਾਬਲ ਤੱਕ ਸਨ ਡੰਡੀ ਮਹਾਭਾਰਤ ਵਿੱਚ ਪੁਰਾਤਨ ਪੰਜਾਬ ਦੇ ਇਹਨਾਂ ਇਲੰਕ ਇਲਾਕਿਆਂ ਦਾ ਪੰਚਨਦ ਦੇ ਤੌਰ ਤੇ ਵਰਣਨ ਹੈ ਦੰਡੀ ਯੂਨਾਨੀ ਹਮਲੇ ਉਪਰੰਤ ਉਹਨਾਂ ਵੱਲੋਂ ਇਹਨਾਂ ਇਲਾਕਿਆਂ ਦਾ ਨਾ ਪੈਂਟਾਪੋਟਾਮੀਆ ਰੱਖਿਆ ਗਿਆ ਦੰਡੀ ਬੋਧੀ ਸਾਹਿਤ ਰੋਮੈਨ ਮਹਾਭਾਰਤ ਅਤੇ ਬ੍ਰਾਹਮਣੀ ਸਾਹਿਤ ਆਦ ਇਤਿਹਾਸਿਕ ਲਿਖਤਾ ਵਿੱਚ ਪੰਜਾਬ ਪ੍ਰਤੀ ਪੁਰਾਤਨ ਸਮਿਆ ਦੌਰਾਨ ਵਰਤੇ ਗਏ ਸ਼ਬਦ ਹਾਂਜੀ ਪਹਿਰਾ ਆਧੁਨਿਕ ਪੰਜਾਬ ਭਾਵ ਪੰਜ ਤਰਿਆਵਾ ਦੇ ਦੇਸ਼ ਨਾਲ ਮਿਲਦੇ-ਜੁਲਦੇ ਹਨ ਡੰਡੇ ਪੰਜਾਬ ਦੇ ਨਾਮ ਇਲਾਕੇ ਸਰਹੱਦਾ ਭੂਗੋਲਿਕ ਹੱਦਾ ਤੇ ਖੇਤਰ ਪੁਰਾਤਨ ਕਾਲ ਤੋਂ ਹੀ ਬਦਲਦੇ ਰਹੇ ਹਨ ਡੰਡੇ ਇਸ ਖੇਤਰ ਦੇ ਸਤ ਸਿੰਧੂ ਪੈਂਟਾਪੋਟਾਮੀਆ ਪੰਜ ਨਦ ਸੂਬਾ ਸਮਾਣਾ ਤੇ ਸੁਨਾਮ ਦੀਪਾਲਪੁਰ ਤੇ ਲਾਹੌਰ ਮੁਲਤਾਨ ਪੰਜ ਆਬ ਅਤੇ ਪੰਜਾਬ ਆ ਕੁਝ ਪ੍ਰਸਿੱਧ ਨਾਮ ਹਨ ਡੰਡੇ ਭੂਗੋਲਿਕ ਤੇ ਰਾਜਨੀਤਿਕ ਪੱਖਾ ਤੋਂ ਵੱਖ-ਵੱਖ ਸਮਿਆਂ ਦੌਰਾਨ ਵੰਡੇ ਗਏ ਇਸ ਪ੍ਰਦੇਸ਼ ਨੇ ਮੁੱਢ ਕਦੀਮ ਯੁੱਗ ਤੋਂ ਭਾਰਤੀ ਯੁੱਧ ਕਲਾ ਰਾਜਨੀਤੀ ਸਾਂਸਕ੍ਰਿਤੀ ਸਾਹਿਤ ਧਰਮ ਸਭਿਆਚਾਰ ਵਣ ਚ ਵਪਾਰ ਆਰਥਿਕਤਾ ਭਗਤੀ ਲਹਿਰ ਸੂਫੀ মত ਅਤੇ ਇਤਿਹਾਸ ਆਦ ਖੇਤਰਾ ਵਿੱਚ ਮਾਰਗਦਰਸ਼ਕ ਤੇ ਚਿਰਸਥਾਈ ਪ੍ਰਭਾਵ ਪਾਏ ਹਨ ਪੰਜਾਬ ਦੀ ਧਰਤੀ ਉੱਪਰ ਹੀ ਸ਼ੇਖ ਫਰੀਦ ਸਾਈ ਮੀਆਂ ਮੀਰ ਸ਼ਾ ਹੁਸੈਨ ਬੁੱਲੇ ਸ਼ਾ ਆਦ ਸੂਫੀਆ ਵੱਲੋਂ ਸੂਫੀ মত ਅਤੇ ਮਿਸ਼ਰਤ ਸੱਭਿਆਚਾਰ ਆਦ ਖੇਤਰਾ ਵਿੱਚ ਨਵੀਂ ਸੇਧ ਦਿੱਤੀ ਹੈ ਗੁਰੂ ਨਾਨਕ ਦੇਵਤੇ ਨਵੇਂ ਫਲਸਫੇ ਸਿੱਖ ਧਰਮ ਦੀ ਸ਼ੁਰੂਆਤ ਹੋਈ ਡੰਡ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਗੁਰੂ ਅਰਜਨ ਦੇਵ ਗੁਰੂ ਹਰगोबिंद ਗੁਰੂ ਤੇਗ ਬਹਾਦਰ ਛੋਟੇ ਸਾਹਿਬ ਜਦਿਆ ਦੀਆਂ ਸ਼ਹੀਦੀਆਂ ਅਤੇ ਖਾਲਸਾ ਪੰਥ ਦੀ ਸਥਾਪਨਾ ਵੀ ਪੰਜਾਬ ਦੀ ਧਰਤੀ ਤੇ ਹੀ ਹੋਈ ਸੀ ਡੰਡੀ ਰਾਵਲਪਿੰਡੀ ਪੇਸ਼ਾਵਰ ਕਾਂਗੜਾ ਹੁਸ਼ਿਆਰਪੁਰ ਸਿੰਧ ਤੋਲ ਬਹਾ ਸੰਗੋਲ ਪੱਟੀ ਜਗਰਾਉ ਰੋहतक ਰੋਪੜ ਕਰੂ ਖੇਤਰ ਮਲਤਾਨ ਕੋਟਾ ਲਾਹੌਰ ਟੈਕਸਲਾ ਆਦਤੋਂ ਮਿਲੀਆਂ ਵਸਤੂਆਂ ਟੁਕੜੀਆਂ ਆਦ ਦੇ ਅਧਿਐਨ ਅਨੁਸਾਰ ਪ੍ਰਾਤਨ ਕਾਲ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਮਾਨਵੀ ਸਭਿਆਚਾਰ ਸਟਾਪ